ਅਸਲਾਮੁ ਅਲੈਕੁਮ ਦੋਸਤੋ, ਅੱਜ ਪੇਂਟ ਕਰੀਂਦੇ ਪਏ ਇਨਸ਼ਾਅੱਲਾ। ਔਰ ਜਨਾਬ ਨਾਲ ਤੁਹਾਡੇ ਕੋਲ ਚੈੱਕ ਕਰਵੈਨੇ, ਇਹ ਪੇਂਟ ਯੂਰੋ 2K ਦਾ, ਸਹੀ 209 ਨੰਬਰ। ਔਰ ਜਨਾਬ ਇਹ ਨਾਲ ਹੱਡ ਨਰ ਹੈ, ਔਰ ਇਹ ਪਿਆਵੇ ਥਿਨਰ, ਠੀਕ ਹੈ। ਰੇਟ ਤੁਹਾਡੇ ਕੋਲ ਪਹਿਲਾਂ ਸ਼ੇਅਰ ਕੀਤੇ ਅਸੀਂ, ਅਤੇ ਮਜ਼ੀਦ ਤੁਹਾਡੇ ਕੋਲ ਕਹਿੰਦੇ ਹਾਂ ਇਨਸ਼ਾਅੱਲਾ। ਅੱਗੇ ਇਹ ਚੈੱਕ ਕਰ ਕੇ ਨੂੰ, ਇੱਕ ਨੰਬਰ ਮਾਸ਼ਾਅੱਲਾ ਗਰੰਟਡ। ਇਹਨੂੰ ਸ਼ੁਰੂ ਕਰੀਂਦੇ ਪਏ, ਇਹ 1 ਲੀਟਰ 'ਚ ਹੁੰਦਾ ਪੱਕਾ। ਔਰ ਜਿਹਨਾਂ ਆਪਣਾ ਇਹ ਕੁਆਟਰ 'ਚ ਤਕਰੀਬਨ ਹੋ ਸੀ, ਇਹ 1 ਲੀਟਰ ਦੇ ਵਿੱਚ ਨਾ ਇਹਨੂੰ ਮਿਕਸ ਕਰਨਾ, ਸਹੀ ਹੈ। ਔਰ ਤਕਰੀਬਨ 1 ਲੀਟਰ ਨਾਲ ਥਿਨਰ ਦਾ, ਸਮਝੋ ਇਹ 1 ਲੀਟਰ ਦਾ ਮਵਾਦ ਹੈ, ਠੀਕ ਹੈ। ਔਰ ਇਹਦੇ ਵਿੱਚੋਂ 1 ਲੀਟਰ ਉਹਦੇ ਵਿੱਚ ਪਾਉਣਾ, ਸਹੀ ਹੈ। ਅਤੇ ਇਹ ਜਿਹਨਾਂ ਵੇਟ ਵਗੈਰਾ ਪੈਣ, ਪ੍ਰਾਈਮਰ ਹੋਇਆ ਪਏ, ਹਰ ਚੀਜ਼ ਕਲੀਅਰ ਹੈ ਮਾਸ਼ਾਅੱਲਾ। ਹੁਣ ਪੇਂਟ ਸ਼ੁਰੂ ਕਰੀਂਦੇ ਪਏ, ਸਹੀ ਹੈ। ਨਾਲ ਪੇਂਟ ਸੁੱਕਦਾ ਖੁਸ਼ਕ ਥੀਂਦਾ ਸੀ, ਅਤੇ ਇਨਸ਼ਾਅੱਲਾ ਨਾ ਹੋਰ ਆਈਟਮ ਜਿਵੇਂ ਪ੍ਰਾਈਮਰ ਥੈ ਪੈਣ, ਬਸ ਗਨ ਨੂੰ ਚੇਂਜ ਨਹੀਂ ਕਰਨਾ ਪਾਉਂਦਾ, ਕਿਉਂਕਿ ਇਹ ਮਵਾਦ ਜਿਹੜਾ ਨੇ ਥੋੜ੍ਹਾ ਅਲੱਗ ਹੁੰਦਾ। ਇਹ ਚੈੱਕ ਕਰੋ, ਇਵੇਂ ਸੈਮੈਂਟ ਦੀ ਕਾਰ ਮਵਾਦ ਹੁੰਦਾ, ਔਰ ਮਾਸ਼ਾਅੱਲਾ ਬਹੁਤ ਅੱਛਾ ਹੈ। ਔਰ ਕਾਫੀ ਮੋਟਾ ਕਰਕੇ ਲਾਇਆ ਸੀ ਤਾਂ ਕਿ ਜ਼ੰਗ ਵਗੈਰਾ ਔਰ ਰੰਗ ਦਾ ਇੱਕ ਨਾ ਮਜ਼ਾ ਬਣੇ। ਇਹਦੇ ਉੱਤੇ ਹੁਣ ਥੋੜ੍ਹਾ ਰੇਗਮਾਲ ਕਰਨਾ, ਰੇਗਮਾਲ ਕਰਨ ਦੇ ਬਾਅਦ ਜਨਾਬ ਨਾ ਰੰਗ ਨੂੰ ਸ਼ੁਰੂ ਕਰੀਂਦੇ ਪਏ ਇਨਸ਼ਾਅੱਲਾ। ਇਹ ਚੈੱਕ ਕਰ ਗਏ ਨਾ, ਯੂਰੋ 2K ਦਾ ਸਾਰਾ ਕੁਝ, ਔਰ ਇਹ ਬਹੁਤ ਅੱਛਾ ਹੁੰਦਾ ਮਾਸ਼ਾਅੱਲਾ, ਬਹੁਤ ਹੈਵੀ ਕਿਸਮ ਦਾ ਮਵਾਦ ਹੈ, ਠੀਕ ਹੈ। ਔਰ ਰੰਗ ਦੇ ਉੱਤੇ ਇਸਤੇਮਾਲ ਇਹ ਵਾਲਾ ਥਿਨਰ ਨਹੀਂ ਕੀਤਾ ਪੈਂਦਾ। ਅਗਰ ਕੋਈ ਭਾਈ ਥੱਲੇ ਰੰਗ ਵਧੇ, ਔਰ ਉੱਤੇ ਜਨਾਬ ਨਾ ਦੁਬਾਰਾ ਤੁਸੀਂ ਸਮਝੋ ਰੀਪੇਂਟ ਕਰੀਂਦੇ ਪਏ ਵੇ, ਤਲਵੇਂ ਰੰਗ ਨੂੰ ਬਿਲਕੁਲ ਸਾਫ ਨਹੀਂ ਕੀਤਾ, ਤਾਂ ਵੱਧ ਇਹ ਥਿਨਰ ਨਿਵੇ ਪਾ ਸਕਦੇ, ਠੀਕ ਹੈ। ਰੰਗ ਤਾਂ ਇਹ ਲਾ ਸਕਦੇ ਵੇ, ਠੀਕ ਹੈ, ਲੇਕਿਨ ਥਿਨਰ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਉਹਦੀ ਇੱਕ ਵਜ੍ਹਾ ਕਿ ਜਨਾਬ ਜਿਸ ਟਾਈਮ ਤੁਸੀਂ ਪੇਂਟ ਬਣਾ ਕੇ ਅਤੇ ਗੰਦ ਦਾ ਇਸਤੇਮਾਲ ਕਰੇ ਸੋ ਨਾ, ਜਿੱਥੇ ਰੰਗ ਕਰੇ ਸੋ ਫੌਰੀ ਤਲਵੇਂ ਰੰਗ ਨੂੰ ਪੱਟ ਗਿਣ ਸੀ, ਔਰ ਕਲਰ ਵੀ ਫੌਰੀ ਚੇਂਜ ਕਰਵੇ ਸੀ, ਕਿਉਂਕਿ ਇਹ ਤਲਵੇਂ ਰੰਗ ਨੂੰ ਇਹ ਮਵਾਦ ਜਿਹੜਾ ਨਾ ਯੂਰੋ 2K ਦਾ ਜਾਂ ਕੋਈ ਅੱਛੇ ਵਾਲਾ ਥਿਨਰ ਇਸਤੇਮਾਲ ਕਰੀਂਦੇ ਵੇ, ਤਾਂ ਉਹ ਤਲਵੇਂ ਰੰਗ ਨੂੰ ਮੁਕੰਮਲ ਪੱਟ ਗਿਣ ਸੀ, ਕਲਰ ਫੌਰੀ ਚੇਂਜ ਥੀ ਵੇ ਸੀ, ਕਿ ਤੁਸੀਂ ਮਕਸਦ ਇਹ ਕਿ ਰੈੱਡ ਕੀਤਾ ਜਾਂ ਕੋਈ ਕਲਰ ਵੀ ਕਰੀਂਦੇ ਪੈਵੇ ਨਾ, ਅਤੇ ਕਲਰ ਫੌਰੀ ਚੇਂਜ ਹੋ ਪੈਣਾ, ਸਹੀ ਹੈ। ਅਤੇ ਜਿਨ੍ਹਾਂ ਰੰਗ ਦੇ ਉੱਤੇ ਰੰਗ ਕਰਨਾ ਹੁੰਦਾ, ਤਲਵਾਂ ਰੰਗ ਨਹੀਂ ਲਹਾਉਣਾ ਹੁੰਦਾ, ਬਸ ਉਹ ਕਾਫੀ ਲੋਅ ਕੁਆਲਿਟੀ ਦਾ ਇਸਤੇਮਾਲ ਕਰਨਾ ਪਾਉਂਦਾ। ਅਗਰ ਇਹ ਹਾਈ ਕੁਆਲਿਟੀ ਦਾ ਇਸਤੇਮਾਲ ਕਰੇ ਸੋ, ਤਾਂ ਤੁਹਾਨੂੰ ਦੱਸਿਆ ਕਿ ਜਨਾਬ ਨਾ ਤਲਵਾਂ ਜਿਹੜਾ ਰੰਗ ਹੈ ਉਹ ਘੁਲ ਪੈਂਦਾ ਬਿਲਕੁਲ, ਇਵੇਂ ਨਾ ਥਿਨਰ ਦੇ ਨਾਲ ਮੈਚ ਥੀ ਪੈਂਦਾ। ਜਿਸ ਟਾਈਮ ਮੈਚ ਥੀਂਦਾ ਤਾਂ ਫੌਰੀ ਉਸੇ ਟਾਈਮ ਉਹਦਾ ਕਲਰ ਹੀ ਚੇਂਜ ਥੀ ਪੈਂਦਾ, ਔਰ ਉਸਨੂੰ ਛਿੱਕ ਪਾ ਲੈਂਦਾ, ਸਹੀ ਹੈ। ਤਾਂ ਰੰਗ ਦੇ ਉੱਤੇ ਰੰਗ ਕਰਨਾ ਤਾਂ ਲੋਅ ਕੁਆਲਿਟੀ ਦਾ, ਲੋਹੇ ਨੂੰ ਸਾਫ਼ ਕਰਨਾ, ਫੁੱਲ ਸਾਫ਼ ਕਲੀਅਰ ਹੋਵੇ, ਤਾਂ ਵੱਧ ਇਹ ਵਾਲਾ ਤੁਸੀਂ ਕਰ ਸਕਦੇ ਵੇ ਯੂਰੋ 2K ਦਾ, ਜਾਂ ਸਮਝੋ ਇਸ ਕਿਸਮ ਦਾ ਹੋਰ ਅੱਛਾ ਜਿਹੜਾ ਹੈ ਉਹ ਕਰ ਸਕਦੇ ਵੇ। ਵਰਨਾ ਤਲਵੇਂ ਰੰਗ ਨੂੰ ਫੌਰੀ ਛਿੱਕ ਪਾ ਲੈਂਦਾ, ਚਾਹੇ ਭੱਠੀ ਵਾਲਾ ਰੰਗ ਹੋਵੇ, ਤਾਂ ਵੱਧ ਭੱਠੀ ਵਾਲੇ ਨੂੰ ਥੋੜ੍ਹਾ ਜਿਹਾ ਨਾ ਤਲਵੇਂ ਨੂੰ ਪੱਟ ਕੇ ਉਤਲੇ ਨਾਲ ਮੈਚ ਕਰਕੇ ਫੌਰੀ ਕਲਰ ਨੂੰ ਚੇਂਜ ਕਰ ਗਏ ਸੀ। ਇਹ ਕੁਝ ਜਨਾਬ ਰੰਗ ਦੀ ਤਫਸੀਲ ਹੈ। ਹੁਣ ਰੰਗ ਸ਼ੁਰੂ ਕਰੀਂਦੇ ਹਾਂ, ਅਤੇ ਇਨਸ਼ਾਅੱਲਾ ਵੱਧ ਤੁਹਾਨੂੰ ਦਿਖਾਉਂਦੇ ਹਾਂ, ਠੀਕ ਹੈ ਜੀ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਕਮੈਂਟ। ਅੱਲਾ ਹਾਫਿਜ਼।